वेलकम अनदर ब्लॉक। मेरे वालों सारयां नूं प्यार भरी सत श्री अकाल। उम्मीद करते हैं सारे ठीक होवोंगे। आपां पहुंचे हुए हैं जी दिल्ली मोर्चे ते टिकरी बार्डर ते, ते आले दुआले तुसीं देख ही रहे हो जिवें इधर हुण भी हर किसी ने पक्के मोर्चे ला ले, आपदे तंबू पक्के कट ले, ते अपना पिंड डोपिया वालों भी अज पक्का मोर्चा बनाया जा रहा, तंबू कढ़ाया जा रहा पूरा। मुंडे कर रहे जोरां शोरां ते काम। आ देखो पिंड डोबिया की संगत लगी पई आ पक्के मोर्चे बनाउण। ਹਲੇ ਹਲੇ ਉਹਦੀ ਪਤੀ ਭਰੇ ਉਬਰੇ ਇਹ ਵਾਲਿਆਂ ਦੀ ਹਵੇਲੀ ਤਿਆਰ ਹੋ ਰਹੀ ਹੈ। ਐਨ ਆਰ ਆਈ ਸਰਾਂ ਬਾਕੀ ਆ ਦੱਸਣਗੇ ਆਪਣੇ ਭਾਈ ਸਾਰੇ ਮਿੱਤਰ ਪਿਆਰੇ ਵੀ ਕਿੱਦਾਂ ਦੀ ਬਣੂ। ਪਿਆਰੇ ਕੰਮ ਬਹੁਤ ਆ, ਹੈ ਕੰਮ ਬਹੁਤ ਆ ਲੈ ਵੀ ਜੀ ਨੇ ਮਿੱਤਰ ਪਿਆਰੇ। ਅੱਛਾ ਬੀਜੀ ਨੇ ਜੀ ਬੀਜੀ ਨੇ ਬਹੁਤ। ਚਲ ਜਿਹੜੇ ਇੱਕ ਦੋ ਬੰਦੇ ਖੜੇ ਉਹਨੂੰ ਪੁੱਛ ਲੈਣਾ ਨਾ ਹੋਰ ਲੱਗ ਰਿਹਾ ਲਗਵਾ ਜਾਂਦੇ। ਗੱਲ ਕਰਨ ਦਾ ਟਾਈਮ ਨਹੀਂ ਹੈਗਾ ਮਿੱਤਰ ਪਿਆਰਿਆਂ ਕੋਲੇ, ਬੀਬੀ ਜੀ ਨੇ ਪੂਰੇ ਬਾਕੀ। ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਜਦੋਂ ਪੂਰੀ ਕੰਪਲੀਟ ਹੋ ਗਈ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਪੂਰਾ ਵਿਊ ਵੀ ਕਿੱਦਾਂ ਦੀ ਬਣੂਗੀ ਹਵੇਲੀ। ਸਾਡਾ ਮੁੰਡਾ ਕਹਿੰਦਾ ਮੈਂ ਦੱਸਦਾ ਸਾਰੀ ਜਾਣਕਾਰੀ ਮੈਂ ਦਿੰਦਾ। ਇਹ ਦੀਪੂ ਸਿੰਘ ਪੂਨੀਆ 10x15 ਦਾ ਪਾ ਰਿਹਾ ਬਈ ਇਹ। ਅੱਛਾ ਤੇ ਆਲਾ ਦੁਆਲਾ ਵੀ ਪੂਰਾ ਸਫਾਈ ਦਾ ਕਰਾਂਗੇ ਜਿਵੇਂ ਇੱਥੇ ਪਹਿਲਾਂ ਨਾ ਸਭ ਪੂਰਾ ਗੰਦ ਸੀ ਪਿਆ ਹਰੇ ਪੂਰਾ। ਆਹ ਦੇਖੋ ਉਹ ਪਰਾਂ ਦੇਖ ਰਹੇ ਨਾ ਸਾਰਾ ਗੂੜ ਕਬਾੜ ਪਰਾਂ। ਆਹ ਸਬਜ਼ੀ ਲਾ ਤੀ ਇੱਥੇ ਉਹ ਅੱਗੇ ਤੱਕ ਦੇਖੋ ਇਹ ਤੇ ਸਬਜ਼ੀ ਲਾ ਰੱਖੀ ਇਹਦੇ ਪਿੱਛੇ। ਆਹ ਦੇਖੋ ਸਾਡੇ ਬਾਪੂ ਜੀ। ਬਾਪੂ ਜੀ ਕਿਹੜਾ ਪਿੰਡ ਆ ਜੀ? ਨਾਗਾ ਖੇੜੀ ਜੀ। ਕਿਵੇਂ ਆਨੰਦ ਆ ਜੀ ਪੂਰਾ ਉਰੇ? ਪੂਰਾ ਪੱਕਾ ਆਨੰਦ ਪੱਕਾ ਜੀ। ਬਣ ਗਏ ਪੱਕੇ ਮੋਰਚੇ? ਪੱਕੇ। ਅੱਛਾ ਜੀ ਮਰੇ ਮਾਰੇ ਬਿਨਾਂ ਜਾਂਦੇ ਨੀ ਅਸੀਂ। ਅੱਛਾ ਦੇਖ ਲਓ ਵੀ ਬਾਪੂ ਕਹਿੰਦਾ ਵੀ ਮਰੇ ਮਾਰੇ ਬਿਨਾਂ ਅਸੀਂ ਜਾਂਦੇ ਨੀ। ਕਹਿੰਦਾ ਹੌਸਲੇ ਬੁਲੰਦ ਨੇ ਸਭ ਦੇ। ਹੁਣ ਵਧੀਆ ਹਿਸਾਬ ਲਾ ਲਾ ਆਪਣਾ ਤੂੰ। ਆਹ ਦੇਖੋ ਵੀ ਮੋਰਚੇ ਪੱਕੇ ਬਣ ਗਏ, ਮੋਟਰਾਂ ਮਾਟਰਾਂ ਪੱਕੀਆਂ ਲੱਗ ਗਈਆਂ। ਪਹਿਲਾਂ ਕਹਿੰਦੇ ਵੀ ਪਾਣੀ ਦੀ ਕਿੱਲਤ ਆਜੂਗੀ। ਆਹ ਦੇਖ ਲਓ ਵੀ ਮੋਟਰਾਂ ਹੀ ਪੱਕੀਆਂ ਲੱਗ ਗਈਆਂ, ਨਾਲ ਆਹ ਪਾਣੀ ਦੀ ਟੈਂਕੀ ਖੜੀ ਆ ਇੱਧਰ। ਆਹ ਦੇਖੋ ਵੀ ਕਿੱਧਰੇ ਕਿਸੇ ਪਰਸੈਂਟ ਵੀ 1% ਵੀ ਐਂ ਕਹਿ ਲਓ ਵੀ ਹੁਣ ਔਖ ਨਹੀਂ ਹੈਗੀ। ਪਰ ਔਖ ਮੰਨਾਂਗੇ ਵੀ ਜਿਹੜੇ ਘਰ ਛੱਡੀ ਬੈਠੇ ਉਹ ਔਖ ਆ, ਪਰ ਇੱਥੇ ਆ ਕੇ ਸਹੂਲਤ ਆਪਦੀ ਪੂਰੀ ਕਰ ਲਈ ਵੀ ਇਹ ਭੁੱਲ ਜੇ ਮੋਦੀ ਵੀ ਉੱਠ ਜਾਣਗੇ। ਆਹ ਦੇਖੋ ਵੀ ਕੂਲਰ ਕਾਰਲਰ ਚੱਲਦੇ ਨੇ ਪੂਰੇ ਐਂ ਦੇਖੋ। ਆਹ ਦੇਖੋ ਫਰਿੱਜ ਹਰ ਸਹੂਲਤ ਪੂਰੀ ਆ। ਦੇਖੋ ਦੁੱਧ ਆ ਥੱਲੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਹੁਣ ਇੱਥੇ, ਕਿਉਂਕਿ ਹੁਣ ਕੰਮ ਦਾ ਟਾਈਮ ਆ ਗਿਆ ਨਾ। ਹੁਣ ਟਰਾਲੀਆਂ ਘਰੇ ਵੀ ਜਾਣਗੀਆਂ, ਹੁਣ ਕੰਮ ਧੰਦਾ ਵੀ ਕਰਨਾ, ਸੀਜ਼ਨ ਸੂਜ਼ ਲਾਉਣੇ ਨੇ, ਉਹਦੇ ਕਰਕੇ ਹੁਣ ਪੱਕੇ ਮੋਰਚੇ ਬਣ ਗਏ ਪੂਰੇ। ਆਹ ਦੇਖੋ ਜੀ ਜਿੰਨਾ ਟਾਈਮ ਹੈਗਾ ਵਿੱਚ ਦੇਖੋ ਮੋਗਾ ਵਿੱਚ ਏਸੀ ਵਾਲਾ ਕੰਮ ਕਰਕੇ ਪੂਰਾ। Oh, oh, oh.